ਅਤੇ ਬੇਨਤੀ ਅੱਜ ਕਰਨ ਆਏ ਹਾਂ ਵੀ ਇਹਨਾਂ ਨੂੰ CM ਰਿਲੀਫ ਫੰਡ ਤੋਂ ਇਹਨਾਂ ਦਾ ਕੇਸ ਤਿਆਰ ਕਰਕੇ ਉੱਥੇ ਭੇਜਿਆ ਜਾਵੇ ਔਰ ਉੱਥੋਂ ਕੋਸ਼ਿਸ਼ ਕੀਤੀ ਜਾਵੇ ਕਿ CM ਰਿਲੀਫ ਫੰਡ 'ਚੋਂ ਕੋਈ ਨਾ ਕੋਈ ਪੈਸੇ ਜਿਹੜੇ ਨੇ ਉਹ ਜ਼ਰੂਰ ਮਿਲਣ ਤਾਂ ਕਿ ਕੁਛ ਨਾ ਕੁਛ ਤਰੀਕੇ ਦੇ ਨਾਲ ਦੁਕਾਨਦਾਰ ਆਪ ਖੜ੍ਹਾ ਹੋ ਸਕੇ, ਕਿਉਂਕਿ ਬੇਸਿਕਲੀ ਦੁਕਾਨਦਾਰ ਦੀ ਕੋਈ ਸੋਸ਼ਲ ਸਿਕਿਉਰਿਟੀ ਹੈ ਨਹੀਂ। ਉਹ ਟੈਕਸ ਵੀ ਦਿੰਦਾ, ਰਿਟਰਨਸ ਵੀ ਭਰਦਾ, ਪਰ ਜਿੱਥੋਂ ਤੱਕ ਉਹਨੂੰ ਕੋਈ ਮੁਸ਼ਕਲ ਆਉਂਦੀ ਆ ਉਸ ਵਕਤ ਕੋਈ ਐਸੀ ਸਹਾਇਤਾ ਨਹੀਂ ਮਿਲਦੀ। ਸੋ ਇੱਕ ਤਾਂ ਡੀ ਸਾਹਿਬ ਨੂੰ ਮਿਲ ਕੇ ਗੱਲ ਕਰਾਂਗੇ। ਦੂਸਰੀ ਮੇਰੀ ਬੇਨਤੀ ਇਹ ਆ ਕਿ ਜਿਹੜੀ ਫਾਇਰ ਬ੍ਰਿਗੇਡ ਦੀ ਵਰਕਿੰਗ ਆ ਉਹ ਅੱਜ ਸ਼ੱਕ ਦੇ ਘੇਰਿਆਂ ਦੇ ਵਿੱਚ ਆ, ਔਰ ਤੁਸੀਂ ਦੇਖਿਆ ਵੀ ਜਿਸ ਵਕਤ ਪਹਿਲੀ ਫਾਇਰ ਬ੍ਰਿਗੇਡ ਉੱਥੇ ਆਈ ਆ ਉਹਦੇ ਵਿੱਚ ਵੀ ਪਾਣੀ ਨਹੀਂ ਸੀ, ਔਰ ਖਾਸ ਕਰ ਉੱਥੇ ਮੈਨੂੰ ਦੱਸਿਆ ਸਾਡੇ ਨਾਲ ਮੇਰੇ ਨਾਲ ਤੇਜ਼ ਜੀ ਨੇ, ਸਾਡੇ ਰਘਵੀਰ ਖਾਲਸਾ ਜੀ ਨੇ, ਇਹਨਾਂ ਨੇ ਇਸ ਇਹ ਵੀ ਮੇਰੇ ਧਿਆਨ 'ਚ ਲਿਆਉਂਦਾ ਵੀ ਉੱਥੇ ਜਿਹੜੇ ਮੁਲਾਜ਼ਮ ਨੇ ਉਹ ਵੀ ਬਿਲਕੁਲ ਅਨਸਕਿਲਡ ਨੇ, ਉਹਨਾਂ ਨੂੰ ਪਤਾ ਹੀ ਨਹੀਂ ਵੀ ਪਾਈਪ ਕਿਵੇਂ ਫੜਨੀ ਆ ਕਿਵੇਂ ਲਾਉਣੀ ਆ। ਔਰ ਫਿਰ ਕਈ ਵਾਰੀ ਕੀ ਹੁੰਦਾ ਕਿ ਉਹੋ ਜਿਹੇ ਲੋਕ